ਕਿਸਾਨਾਂ ਨੂੰ ਕੇਂਦਰ ਦੇ ਨਾਲ ਸਹਿਮਤੀ ਬਣਾਉਣ ਲਈ ਮੀਟਿੰਗਾਂ ਕਰਵਾਉਣ ਲਈ ਇੱਕ ਪੁੱਲ ਦਾ ਕੰਮ ਕਰ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ। 4 ਮੈਂਬਰੀ ਕਮੇਟੀ ਹੈ ਕੇਂਦਰ ਸਰਕਾਰ ਦੀ, ਤਾਂ ਉਹ ਵੀ ਕਿਸਾਨਾਂ ਦੇ ਨਾਲ ਗੱਲਬਾਤ ਕਰੇਗੀ, ਸੱਦਾ ਭੇਜਿਆ। ਯਾਨੀ ਕਿ ਕੁੱਲ ਮਿਲਾ ਕੇ ਕਿਸਾਨਾਂ ਨੂੰ ਰੋਕਣ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ। ਮੁੱਖ ਮੰਤਰੀ ਸਾਹਿਬ ਨੇ ਕਹਿਤਾ ਆਪਣੇ ਮੰਤਰੀਆਂ ਨੂੰ ਕਿ ਵੀ ਜਿਹੜੀ ਵੀ ਕਿਸਾਨਾਂ ਪ੍ਰਤੀ ਕੋਈ ਅਪਡੇਟ ਹੁੰਦੀ ਹੈ ਨਾਲ ਦੀ ਨਾਲ ਕੇਂਦਰ ਸਰਕਾਰ ਦੇ ਮੰਤਰੀ ਨਾਲ ਸੰਪਰਕ ਕਰੋ। ਫੁੰਡੀਆਲਾ ਬਾਬਾ ਇਹ ਕਹਿੰਦੇ ਆਪਾਂ ਨੂੰ, ਉਹ ਵੀ ਜਵਾਬ ਗੱਲ ਜਵਾਬ ਦੇ ਰਿਹਾ, ਕਹਿੰਦਾ ਵੀ ਸਾਡੀ ਤਾਂ ਸਹਿਮਤੀ ਵਿੱਚ ਹੈ ਨਹੀਂ ਭਾਈ, ਅਸੀਂ ਉਹਦਾਂ ਸਹਿਮਤੀ 16 ਵਾਲੇ ਬੰਦ ਨਾਲ ਦੇ ਸਹਿਮਤਾ, 16 ਦਾ ਬੰਦ ਹੋਊਗਾ, ਟੌਪ ਦਾ ਕੱਲ੍ਹ ਮੀਟਿੰਗ ਵੀ ਹੋਈ ਆ 16 ਵਾਲੇ ਬੰਦ ਬਾਰੇ। ਲੜਾਈ ਤੁਹਾਡੀ ਹੈਗੀ ਆ ਬਹੁਤ ਵੱਡੀ ਧਿਰ ਨਾਲ, ਬੀਜੇਪੀ ਨਾਲ ਜਿਹੜੀ ਕਿ ਕੇਂਦਰ ਸਰਕਾਰ ਲਾ ਰਹੀ ਆ, ਲੜਾਈ ਤੁਹਾਡੀ ਉਹਦੇ ਨਾਲ ਆ, ਤੁਸੀਂ ਆਪਣੀ ਰਾਜਨੀਤੀ ਦੇ ਗੈਰ ਰਾਜਨੀਤੀ ਦੇ ਪਿੱਛੇ ਰਲੇ ਫਿਰਦੇ। ਕਿਸਾਨਾਂ ਨੂੰ ਕੇਂਦਰ ਦੇ ਨਾਲ ਸਹਿਮਤੀ ਬਣਾਉਣ ਲਈ ਮੀਟਿੰਗਾਂ ਕਰਵਾਉਣ ਲਈ ਇੱਕ ਪੁੱਲ ਦਾ ਕੰਮ ਕਰ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ, ਅਤੇ ਇਸ ਦੌਰਾਨ ਉਹ ਕਾਫੀ ਸਰਗਰਮ ਵੀ ਦਿਖਾਈ ਦੇ ਰਹੇ ਨੇ, ਕਿਉਂਕਿ 13 ਤਰੀਕ ਨੂੰ ਕਿਸਾਨਾਂ ਨੇ ਕੂਚ ਕਰਨਾ ਹੈ, 12 ਤਰੀਕ ਨੂੰ ਇੱਕ ਕਮੇਟੀ ਦਾ ਗਠਨ ਵੀ ਕੀਤਾ ਜਾ ਰਿਹਾ, ਉਹਦੀ ਪਹਿਲੀ ਮੀਟਿੰਗ ਵੀ ਹੋਵੇਗੀ। 4 ਮੈਂਬਰੀ ਕਮੇਟੀ ਹੈ ਕੇਂਦਰ ਸਰਕਾਰ ਦੀ, ਤਾਂ ਉਹ ਵੀ ਕਿਸਾਨਾਂ ਦੇ ਨਾਲ ਗੱਲਬਾਤ ਕਰੇਗੀ, ਸੱਦਾ ਭੇਜਿਆ। ਯਾਨੀ ਕਿ ਕੁੱਲ ਮਿਲਾ ਕੇ ਕਿਸਾਨਾਂ ਨੂੰ ਰੋਕਣ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ। ਅਸਲ 'ਚ ਨਾ ਜੀ, ਕਿਸਾਨਾਂ ਨੂੰ ਕੱਲ੍ਹ ਮੁੱਖ ਮੰਤਰੀ ਸਾਹਿਬ ਨੇ ਵੈਸੇ ਮੀਟਿੰਗ ਵੀ ਕੀਤੀਆਂ ਨੇ, ਮੁੱਖ ਮੰਤਰੀ ਸਾਹਿਬ ਨੇ ਕਹਿਤਾ ਆਪਣੇ ਮੰਤਰੀਆਂ ਨੂੰ ਕਿ ਵੀ ਜਿਹੜੀ ਵੀ ਕਿਸਾਨਾਂ ਪ੍ਰਤੀ ਕੋਈ ਅਪਡੇਟ ਹੁੰਦੀ ਹੈ ਨਾਲ ਦੀ ਨਾਲ ਕੇਂਦਰ ਸਰਕਾਰ ਦੇ ਮੰਤਰੀ ਨਾਲ ਸੰਪਰਕ ਕਰੋ। ਕੇਂਦਰ ਸਰਕਾਰ ਦੇ ਨਾਲ ਭਗਵੰਤ ਮਾਨ ਕਹਿੰਦਾ ਵੀ ਮੰਗ ਰੱਖੋ ਜੀ, ਆਪਣਾ ਮੰਗਾਂ ਪੂਰੀਆਂ ਕਰੋ ਕਿਸਾਨਾਂ ਦੀਆਂ, ਕਿਸਾਨਾਂ ਦੀ ਵਕਾਲਤ ਕਰ ਰਹੇ ਨੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹੁਣੀ, ਅਤੇ ਮੀਟਿੰਗ ਦੁਬਾਰਾ ਵੀ ਹੋ ਸਕਦੀ ਆ। ਅਤੇ ਜਦਕਿ ਦੂਜੇ ਪਾਸੇ ਇਹ ਆ ਕਿ ਕਿਸਾਨ ਆਗੂ 13 ਤਰੀਕ ਦੇ ਮਾਰਚ ਦੇ ਨਾਲ ਸਹਿਮਤ ਨਹੀਂ ਕੀ ਹੈਗੇ। ਗੁਰਨਾਮ ਸਿੰਘ ਝਰੋਨੀ ਕਹਿੰਦਾ ਵੀ ਸਾਨੂੰ ਤਾਂ ਪੁੱਛੇ ਨਹੀਂ ਗਿਆ, ਅਸੀਂ ਨਹੀਂ ਜਾਂਦੇ ਉਹਦੇ ਵਿੱਚ। ਹਰਿਆਣੇ ਵਿੱਚ ਗੁਰਨਾਮ ਸਿੰਘ ਝਰੋਨੀ ਜਥੇਬੰਦੀ ਤੋਂ ਬਿਨਾਂ ਮਾਰਚ ਹੋਣਾ ਅਸੰਭਵ ਹੈ, ਸੰਭਵ ਨਹੀਂ ਹੈਗਾ, ਲੜਾਈਆਂ ਪੈਣਗੀਆਂ। ਕਿਉਂਕਿ ਗੁਰਨਾਮ ਝਰੋਨੀ ਇੱਕ ਇਹੀ ਜਥੇਬੰਦੀ ਆ ਹਰਿਆਣੇ ਵਿੱਚ ਜਿਹੜਾ ਕਿ ਪੰਜਾਬ ਦੇ ਕਿਸਾਨਾਂ ਨੂੰ ਹਰਿਆਣੇ ਵਿੱਚ ਦਾਖਲ ਕਰ ਸਕਦਾ, ਇੱਕ ਹੀ ਪੰਗਾ ਪੈ ਗਿਆ। ਰੁੜਦੂ ਸਿੰਘ ਮਾਨਸਾ ਖੁੰਡੇਆਲਾ ਬਾਬਾ ਇਹ ਕਹਿੰਦੇ ਆਪਾਂ ਨੂੰ, ਉਹ ਵੀ ਜਵਾਬ ਗੱਲ ਜਵਾਬ ਦੇ ਗਿਆ, ਕਹਿੰਦਾ ਵੀ ਸਾਡੀ ਤਾਂ ਸਹਿਮਤੀ ਵਿੱਚ ਹੈ ਨਹੀਂ ਭਾਈ, ਅਸੀਂ ਉਹਦੇ ਨਾਲ ਸਹਿਮਤ ਨਹੀਂ ਹੈਗੇ, 16 ਵਾਲੇ ਬੰਦ ਨਾਲ ਅਸੀਂ ਸਹਿਮਤ ਹਾਂ, 16 ਦਾ ਬੰਦ ਹੋਊਗਾ, ਟੌਪ ਦਾ ਕੱਲ੍ਹ ਮੀਟਿੰਗ ਵੀ ਹੋਈ ਆ 16 ਵਾਲੇ ਬੰਦ ਬਾਰੇ, ਬੰਦ ਹੋਊਗਾ। ਹੁਣ ਇਹ ਦੋ ਫਾੜ ਕਿਸਾਨ ਜਥੇਬੰਦੀਆਂ ਕਿਉਂ ਹੋ ਗਈਆਂ? ਕਿਉਂਕਿ ਇੱਕ ਜਥੇਬੰਦੀਆਂ ਤਾਂ ਉਹ ਆ ਜਿਹੜੀ ਗੈਰ ਰਾਜਨੀਤਿਕ ਹੁੰਦੀ ਆ ਆਪਣੇ ਆਪ ਨੂੰ, ਉਹ ਆਪਣੇ ਗਲ ਵਿੱਚ ਇਹ ਪਾਈ ਫਿਰਦੀ ਆ ਟੈਗ ਕਿ ਮੈਂ ਗੈਰ ਰਾਜਨੀਤਿਕ ਹਾਂ, ਇੱਕ ਲਫ਼ਜ਼ ਨੇ ਉਹਨੂੰ ਦੂਜੀਆਂ ਜਥੇਬੰਦੀਆਂ ਤੋਂ ਕਹਿੰਦੇ ਅਸੀਂ ਸਹੀ ਹਾਂ, ਬਾਕੀ ਚੋਣ ਲੜਨ ਵਾਲੇ ਨੇ ਜਿਹੜੇ ਦੂਜੇ ਚੋਣਾਂ ਲੜਨਾ, ਦੂਜੇ ਟੈਗ ਪਾਈ ਫਿਰਦੇ ਆ, ਅਸੀਂ ਰਾਜਨੀਤਿਕ ਹਾਂ, ਆਪਣੇ ਗਲ ਵਿੱਚ ਟੈਗ ਪਾਈ ਫਿਰਦੇ ਆ, ਅਸੀਂ ਰਾਜਨੀਤਿਕ ਹਾਂ ਜੀ। ਲੜਾਈ ਤੁਹਾਡੀ ਹੈਗੀ ਆ ਬਹੁਤ ਵੱਡੀ ਧਿਰ ਨਾਲ, ਬੀਜੇਪੀ ਨਾਲ ਜਿਹੜੀ ਕਿ ਕੇਂਦਰ ਸਰਕਾਰ ਚਲਾ ਰਹੀ ਆ, ਲੜਾਈ ਤੁਹਾਡੀ ਉਹਦੇ ਨਾਲ ਆ, ਤੁਸੀਂ ਆਪਣੀ ਰਾਜਨੀਤੀ ਗੈਰ ਰਾਜਨੀਤੀ ਦੇ ਪਿੱਛੇ ਰਲੇ ਫਿਰਦੇ ਹੋ। ਉਹ ਤਾਂ ਕਹਿੰਦੇ ਆ ਕਿ ਕੋਈ ਬੰਦਾ ਵੀ ਆਵੇ ਅਸੀਂ ਫਿੱਟ ਕਰਨਾ ਵਿੱਚ, ਉਹ ਤਾਂ ਭਾਰਤ ਰਤਨ ਲਈ ਜਾਂਦੇ ਆ, ਅਤੇ ਤੁਸੀਂ ਇੱਕ ਰਾਜਨੀਤੀ ਅਤੇ ਗੈਰ ਰਾਜਨੀਤੀ ਪਿੱਛੇ ਲੜੀ ਜਾਂਦੇ ਹੋ, ਇਹਦੇ ਮਤਲਬ ਤੁਹਾਡੀ ਵੀ ਸਿਆਸਤ ਆ, ਤੁਸੀਂ ਵੀ ਸਿਆਸਤ ਕਰਦੇ ਹੋ, ਤੁਸੀਂ ਵੀ ਕਿਸਾਨਾਂ ਦੇ ਨੂੰ ਲੈ ਕੇ ਸਿਆਸਤ ਕਰਦੇ ਹੋ, ਤੁਸੀਂ ਵੀ ਸਿਆਸਤ ਨਾਲ ਕਿਸਾਨਾਂ ਨੂੰ ਵਰਤ ਰਹੇ ਹੋ, ਵਰਤਦੇ ਹੋ ਤੁਸੀਂ ਕਿਸਾਨਾਂ ਨੂੰ, ਮੰਨ ਲਓ, ਗੁੱਸਾ ਕਰਨਾ ਗੁੱਸਾ ਕਰ ਲਓ, ਰੋਸ ਨਾ ਕੀਜੇ ਉੱਤਰ ਦੀਜੇ, ਠੀਕ ਹੈ ਜੀ। ਮਸਲਾ ਕੀ ਹੈ ਯਾਰ,
ਤੁਸੀਂ ਇੱਕ ਰਾਜਨੀਤੀ ਗੈਰ ਰਾਜਨੀਤੀ ਕੀ ਕੀ ਮੁੱਦਾ ਹੈ ਮੈਨੂੰ ਦੱਸੋ। ਤੁਸੀਂ ਭਾਰਤ ਸਿਧਾਂਤ ਨੂੰ ਮੰਨਦੇ ਹੋ? ਭਾਰਤੀ ਸਿਧਾਂਤ ਤਾਂ ਕਹਿੰਦਾ ਤੁਸੀਂ ਰਾਜਨੀਤਿਕ ਹੋ, ਜਿਹੜਾ ਬੰਦਾ ਵੋਟ ਪਾਉਂਦਾ ਹੈ ਉਹ ਰਾਜਨੀਤਿਕ ਆ, ਉਹ ਗੈਰ ਰਾਜਨੀਤਿਕ ਕਿਵੇਂ ਹੋ ਸਕਦਾ? ਧਰਮਿੰਦਰ, ਜਿਹੜਾ ਜਿਹੜਾ ਬੰਦਾ ਨਾ ਵੋਟ ਪਾਉਂਦਾ ਉਹ ਬੰਦਾ ਰਾਜਨੀਤਿਕ ਆ ਜੀ। ਉਹ ਗੱਲ ਵੱਖ ਹੈ ਕਿ ਤੁਹਾਨੂੰ ਕਿਸੇ ਟਿਕਟ ਨਹੀਂ ਦਿੱਤੀ, ਤੁਸੀਂ ਆਪ ਨਹੀਂ ਖੜ੍ਹ ਸਕਦੇ ਵੋਟਾਂ ਵਿੱਚ, ਪਰ ਹੈ ਤਾਂ ਤੁਸੀਂ ਰਾਜਨੀਤਿਕ ਹੋ। ਭਾਰਤੀ ਸੰਵਿਧਾਨ ਸਾਨੂੰ ਲੋਕਤੰਤਰ ਕਦਰਾਂ ਕੀਮਤਾਂ ਅਨੁਸਾਰ ਵੋਟ ਪਾਉਣ ਦਾ ਅਧਿਕਾਰ ਦਿੰਦਾ, ਅਤੇ ਹਰ ਇੱਕ ਵੋਟ ਪਾਉਣ ਵਾਲਾ ਬੰਦਾ ਰਾਜਨੀਤਿਕ ਨੂੰ ਵੋਟ ਪਾ ਰਿਹਾ ਅਤੇ ਉਹ ਰਾਜਨੀਤਿਕ ਹੈ। ਮੈਂ ਹਰ ਕਿਸੇ ਬੰਦੇ ਨੂੰ ਵੋਟ, ਜਿਹੜਾ ਚੋਣਾਂ ਵਿੱਚ ਲੜਦਾ, ਇਹ ਜਿਹੜੇ ਵੋਟਾਂ ਵਿੱਚ ਲੜਦੇ ਨੇ, ਵੋਟਾਂ ਵਿੱਚ ਖੜ੍ਹਦੇ ਨੇ, ਜਿਹੜੇ ਕਿ ਬਣਦੇ ਨੇ MLA, ਬਣਦੇ ਨੇ ਮੰਤਰੀ, ਬਣਦੇ ਨੇ PM, ਬਣਦੇ ਨੇ CM, ਇਹ ਬੰਦੇ ਤਾਂ ਪ੍ਰਚਾਰ ਕਰਦੇ ਆ ਕਿ ਗੈਰ ਰਾਜਨੀਤਿਕ ਬੰਦੇ, ਇਹ ਜਿਹੜੇ ਰਾਜ, ਇਹ ਜਿਹੜੇ ਬੰਦੇ ਨਾ ਜੀ, ਉਹ ਇਹ ਜਥੇਬੰਦੀ ਆ ਜੀ ਆਪਣਾ ਕਿਸਾਨਾਂ ਵਾਲੀ, ਇਹ ਤਾਂ ਰਾਜਨੀਤਿਕ ਹੋ ਗਏ। ਇਹ ਪ੍ਰਚਾਰ ਆ, ਇਹ ਤੁਹਾਨੂੰ ਦੁਫਾੜ ਕਰਨ ਵਾਸਤੇ ਪ੍ਰਚਾਰ ਆ, ਅਤੇ ਤੁਸੀਂ ਕਾਮਯਾਬ ਕਰਤਾ ਉਹਨਾਂ ਨੂੰ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਕਰਕੇ। ਉਹ ਬੰਦੇ ਕਾਮਯਾਬ ਨੇ, ਤੁਹਾਨੂੰ ਫਾੜ ਚੁੱਕੇ ਨੇ ਇੱਕ ਸ਼ਬਦ ਨਾਲ ਹੀ। ਉਹ ਕਹਿੰਦੇ ਨੇ ਉਹ ਤਾਂ ਰਾਜਨੀਤੀ ਕਰਦੇ ਨੇ ਜੀ, ਉਹ ਤਾਂ ਲੜਨਗੇ ਚੋਣਾਂ, ਕੀ ਪ੍ਰੋਬਲਮ ਆ? ਤੁਸੀਂ ਜਿਹੜਾ ਤੁਸੀਂ ਲੋਕ ਹੋ, ਤੁਸੀਂ ਚੋਣ ਲੜਦੇ ਹੋ, ਠੇਕਾ ਲਿਆ ਤੁਸੀਂ ਚੋਣ ਲੜਦੇ ਹੋ, ਇਹ ਚੋਣ ਲੜਨਗੇ, ਚੋਣ ਲੜ ਕੇ ਸੱਤਾ ਵਿੱਚ ਆਉਣਗੇ ਤਾਂ ਸੁਧਾਰ ਕਰ ਸਕਣਗੇ ਕੁਛ। ਕੀ ਮਾੜੀ ਗੱਲ ਹੈ ਚੋਣ ਲੜਨਾ ਦੇ ਵਿੱਚ? ਰਾਜਨੀਤਿਕ ਗੈਰ ਰਾਜਨੀਤਿਕ ਦੋ ਮੁੱਦੇ ਬਣਾ ਕੇ ਦੋ ਫਾੜ ਕਰਤੇ ਜਥੇਬੰਦੀਆਂ, ਇੱਕ ਕਹਿੰਦਾ 13 ਨੂੰ ਜਾਂਦੇ ਨੇ ਨਾਲ ਅਸੀਂ, ਦੂਜਾ ਕਹਿੰਦਾ ਅਸੀਂ 16 ਨੂੰ ਜਾਂਦੇ। ਕਿਆ ਮਤਲਬ ਕਿ ਤੁਹਾਡੀ ਸੋਚ ਹੈ? ਇਹ ਸਿਆਸਤ ਛੱਡ ਦਿਓ ਕਿਸਾਨਾਂ ਦੇ ਕਰਨੀ, ਕੋਈ ਸਹੀ ਮੁੱਦੇ ਦੀ ਗੱਲ ਕਰ ਲਈਏ ਆਪਾਂ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।